ਸਤਿ ਸ਼੍ਰੀ ਅਕਾਲ ਜੀ, ਮੈਂ ਜ਼ੋਰਾਵਰ ਸਿੰਘ ਦੀ ਫਿਊਜ਼ਨ ਵਰਲਡ ਟੂਰ ਐਂਡ ਟਰੈਵਲ ਤੋਂ ਇੱਕ ਵਾਰ ਫਿਰ ਤੋਂ ਤੁਹਾਨੂੰ ਅੱਜ ਥੋੜ੍ਹੀ ਜਿਹੀ ਇਨਫੋਰਮੇਸ਼ਨ ਨਿਊਜ਼ੀਲੈਂਡ ਦੇ ਵਿਜ਼ਟਰ ਵੀਜ਼ੇ ਬਾਰੇ ਦੇਣਾ ਚਾਹਾਂਗਾ। ਪਹਿਲੀ ਗੱਲ ਤਾਂ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਅੱਗੇ ਨੂੰ ਮੈਂ ਕਿਸੇ ਵੀ ਕੰਟਰੀ 'ਤੇ ਜਦੋਂ ਵੀ ਵੀਡੀਓ ਬਣਾਵਾਂ ਉਹ ਤੁਹਾਡੇ ਤੱਕ ਪਹੁੰਚ ਜਾਵੇ ਅਤੇ ਤੁਸੀਂ ਉੱਥੋਂ ਥੋੜ੍ਹਾ ਬਹੁਤਾ ਜਾਣਕਾਰੀ ਪ੍ਰਾਪਤ ਕਰ ਸਕੋ। ਜਿਵੇਂ ਕਿ ਆਲਮੋਸਟ ਅਸੀਂ ਕੈਨੇਡਾ, ਅਮੈਰੀਕਾ ਜਾਂ ਆਸਟ੍ਰੇਲੀਆ, ਸ਼ੈਂਗਨ ਬਾਰੇ ਅਸੀਂ ਫਾਈਲਿੰਗ ਵਗੈਰਾ ਕਰਦੇ ਰਹਿੰਦੇ ਹਾਂ, ਤਾਂ ਉਹਦੇ ਨਾਲ ਨਾਲ ਜੇ ਵੀ ਮੈਂ ਵੀਡੀਓ ਬਣਾਊਂਗਾ ਤਾਂ ਤੁਹਾਡੇ ਨਾਲ ਮੈਂ ਉਹਦੇ ਬਾਰੇ ਤੁਹਾਨੂੰ ਇਨਫੋਰਮੇਸ਼ਨ ਦੇ ਸਕਾਂ ਅਤੇ ਤੁਹਾਨੂੰ ਉਹਦੇ ਬਾਰੇ ਕੁਛ ਦੱਸ ਸਕਾਂ। ਹੁਣ ਆਪਾਂ ਗੱਲ ਕਰੀਏ ਨਿਊਜ਼ੀਲੈਂਡ ਦੇ ਵਿਜ਼ਟਰ ਵੀਜ਼ੇ ਬਾਰੇ। ਇਹਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤਾਂ ਕਈ ਤਰ੍ਹਾਂ ਨਾਲ ਐਪਲੀਕੇਸ਼ਨ ਫਾਈਲ ਹੁੰਦੀ ਹੈ। ਜੇ ਤੁਸੀਂ ਇਕੱਲੇ ਜਾਣਾ ਹੈ ਤਾਂ ਤੁਹਾਡੀ ਅਲੱਗ ਤੋਂ ਤਰੀਕੇ ਨਾਲ ਫਾਈਲ ਹੋਏਗੀ, ਜੇ ਤੁਸੀਂ ਗਰੁੱਪ ਦੇ ਨਾਲ ਜਾਣਾ ਤਾਂ ਅਲੱਗ ਤੋਂ, ਫੈਮਿਲੀ ਨਾਲ ਥੋੜ੍ਹਾ ਅਲੱਗ ਤੋਂ। ਵੱਖਰਾ ਵੱਖਰਾ ਸਿਸਟਮ ਹੈ, ਵੱਖਰੀ ਵੱਖਰੀ ਫੀਸ ਹੈ ਇਹਨਾਂ ਦੀ। ਹੁਣ ਅਸੀਂ ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਵੀ ਨਿਊਜ਼ੀਲੈਂਡ ਦਾ ਜਿਹੜਾ ਫੋਰਮ ਬਾਰੇ, ਫੋਰਮ ਕਿਵੇਂ ਭਰ ਹੋਣਾ ਹੈ, ਡਾਕੂਮੈਂਟ ਕਿਹੜੇ ਲੱਗਣੇ ਹੈ, ਚੈੱਕਲਿਸਟ ਕੀ ਹੈ, ਜੋ ਜੋ ਤੁਸੀਂ ਵਿਜ਼ਟਰ ਵੀਜ਼ੇ ਬਾਰੇ ਜੋ ਤੁਹਾਨੂੰ ਨੀਡਸ ਹੈ, ਕੀ ਤੁਹਾਨੂੰ ਰਿਕੁਆਇਰਮੈਂਟ ਹੈ, ਉਹਦੇ ਬਾਰੇ ਸਭ ਤੋਂ ਪਹਿਲਾਂ ਮੈਂ ਡਿਸਕਸ ਕਰਾਂਗਾ ਤੁਹਾਡੇ ਨਾਲ। ਸਟਾਰਟਿੰਗ ਆਪਾਂ ਕਰੋਗੇ ਫੋਰਮ ਤੋਂ। ਜਦੋਂ ਵੀ ਤੁਸੀਂ ਨਿਊਜ਼ੀਲੈਂਡ ਦਾ ਫੋਰਮ ਭਰਨਾ, ਸਭ ਤੋਂ ਪਹਿਲਾਂ ਤੁਸੀਂ ਸਾਈਟ 'ਤੇ ਗੂਗਲ 'ਤੇ ਸਰਚ ਕਰਨਾ ਹੈ ਨਿਊਜ਼ੀਲੈਂਡ ਵੀਜ਼ਾ। ਜਦੋਂ ਤੁਸੀਂ ਉਹ ਕਰਦੇ ਹਾਂ, ਉੱਥੇ ਐਂਟਰ ਕਰਦੇ ਹਾਂ ਤਾਂ ਸਾਹਮਣੇ ਇੱਕ ਤੁਹਾਨੂੰ ਮਿਲਦਾ ਹੈ, ਉੱਪਰ ਆ ਜਾਂਦਾ ਨਿਊਜ਼ੀਲੈਂਡ ਵੀਜ਼ਾ ਲਿਖਿਆ ਵਾ, ਉਹਨੂੰ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਡੇ ਸਾਹਮਣੇ ਸਾਈਟ ਖੁੱਲ ਜਾਏਗੀ, ਜਿਹਦੇ ਵਿੱਚ ਕਿ ਥੱਲੇ ਜਾ ਕੇ ਆਪਸ਼ਨ ਆਉਂਦੀ ਹੈ ਵੀ ਕਿਹੜਾ ਵੀਜ਼ਾ। ਉੱਥੇ ਤੁਸੀਂ ਪਾਉਂਦੇ ਹੋ ਵਿਜ਼ਟਰ ਵੀਜ਼ਾ ਜਾਂ ਵਰਕ ਵੀਜ਼ਾ ਜਾਂ ਸਟੱਡੀ ਵੀਜ਼ਾ, ਜੋ ਵੀ ਆਪਾਂ ਗੱਲ ਕਰ ਰਹੇ ਹਾਂ ਵਿਜ਼ਟਰ ਵੀਜ਼ੇ ਬਾਰੇ। ਇਸ ਕਰਕੇ ਤੁਸੀਂ ਵਿਜ਼ਟਰ ਵੀਜ਼ੇ 'ਤੇ ਕਲਿੱਕ ਕਰੋਗੇ ਤਾਂ ਨੈਕਸਟ ਉਹ ਤੁਹਾਨੂੰ ਲੈ ਜਾਏਗਾ ਲੌਗਇਨ 'ਤੇ। ਬਟ ਸਭ ਤੋਂ ਪਹਿਲਾਂ ਆਉਂਦਾ ਹੈ ਅਕਾਊਂਟ ਬਣਾਉਣਾ, ਕਿਉਂਕਿ ਜਦੋਂ ਤੁਹਾਡਾ ਅਕਾਊਂਟ ਹੈਗਾ ਤਾਂ ਵੈਲ ਐਂਡ ਗੁੱਡ ਹੈ, ਫਿਰ ਤਾਂ ਤੁਹਾਨੂੰ ਪਤਾ ਵੀ ਹੋਣਾ ਇਸ ਬਾਰੇ। ਬਟ ਜੇ ਨਹੀਂ ਅਕਾਊਂਟ ਹੈਗਾ, ਪਹਿਲਾ ਹੀ ਸਟੈਪ ਹੈ ਅਕਾਊਂਟ ਕ੍ਰੀਏਟ ਐਨ ਅਕਾਊਂਟ, ਲੈਫਟ ਸਾਈਡ 'ਤੇ ਹੁੰਦਾ ਹੈ, ਤੁਸੀਂ ਉੱਥੇ ਕਲਿੱਕ ਕਰਨਾ ਹੈ। ਉਹ ਤੋਂ ਬਾਅਦ 'ਚੋਂ ਅੱਗੇ ਤੁਹਾਡਾ ਮੇਲ ਆਈ ਡੀ ਮੰਗੇਗਾ, ਮੇਲ ਆਈ ਡੀ ਤੁਸੀਂ ਭਰ ਕੇ ਫਿਰ ਤੁਹਾਡਾ ਉੱਥੇ ਆਪਣਾ ਕਨਫਰਮੇਸ਼ਨ ਕੋਡ ਤੁਹਾਡੀ ਮੇਲ 'ਤੇ ਜਾਏਗਾ, ਉਹ ਤੁਸੀਂ ਜਦੋਂ ਉੱਥੇ ਐਡ ਕਰੋਗੇ ਫਿਰ ਉਹ ਤੋਂ ਬਾਅਦ 'ਚੋਂ ਤੁਸੀਂ ਇੱਥੇ ਆਪਣਾ ਯੂਜ਼ਰ ਨੇਮ ਅਤੇ ਪਾਸਵਰਡ ਅਕਾਊਂਟ ਬਣਾ ਸਕਦੇ ਹੋ। ਫਿਰ ਤੁਸੀਂ ਉਹਨੂੰ ਸੋਲਿਡ ਰੱਖਣਾ ਹੈ ਯੂਜ਼ਰ ਨੇਮ, ਤੁਹਾਡਾ ਜਿਵੇਂ ਵੀ ਉਹਨਾਂ ਦੇ ਅਕੋਰਡਿੰਗ ਦੱਸਿਆ ਗਿਆ ਹੁੰਦਾ ਹੈ ਉਵੇਂ ਦਾ ਤੁਸੀਂ ਯੂਜ਼ਰ ਨੇਮ ਰੱਖਣਾ ਹੈ। ਅਤੇ ਪਾਸਵਰਡ ਜਿਹੜੇ ਅੱਖਰ ਉਹ ਦੱਸੋਗੇ ਵੀ ਇਹ ਅੱਖਰ ਤੁਸੀਂ ਪਾਸਵਰਡ 'ਚ ਮੈਂਸ਼ਨ ਕਰੋ, ਤੁਸੀਂ ਉਸ ਅਕੋਰਡਿੰਗ ਇਹ ਮੈਂਸ਼ਨ ਕਰਕੇ ਆਪਣਾ ਸਟਰੋਂਗ ਪਾਸਵਰਡ ਰੱਖ ਕੇ ਉੱਥੇ ਆਪਣਾ ਅਕਾਊਂਟ ਬਣਾ ਲੈਣਾ ਹੈ। ਰੀਅਲਮੀ 'ਤੇ ਅਕਾਊਂਟ ਬਣਦਾ ਹੈ ਨਿਊਜ਼ੀਲੈਂਡ ਦੀ ਜਿਹੜੀ ਵੀਜ਼ੇ ਵਾਲੀ ਸਾਈਟ 'ਤੇ ਰੀਅਲਮੀ। ਉਸ ਤੋਂ ਬਾਅਦ 'ਚੋਂ ਫਿਰ ਤੁਸੀਂ ਵਾਪਸ ਆ ਕੇ ਦੁਬਾਰੇ ਲੌਗਇਨ ਕਲਿੱਕ ਕਰਨਾ ਹੈ। ਲੌਗਇਨ ਕਲਿੱਕ ਕਰਕੇ ਫਿਰ ਤੁਹਾਡਾ ਸਾਹਮਣੇ ਅਕਾਊਂਟ ਦੇ ਵਿੱਚੋਂ ਪੁੱਛੇਗਾ ਯੂਜ਼ਰ ਨੇਮ ਅਤੇ ਪਾਸਵਰਡ, ਤੁਸੀਂ ਆਪਣਾ ਯੂਜ਼ਰ ਨੇਮ ਅਤੇ ਪਾਸਵਰਡ ਜੋ ਵੀ ਸੈੱਟ ਕੀਤਾ ਹੈ ਉਹ ਐਂਟਰ ਕਰਕੇ ਲੌਗਇਨ ਕਰ ਦੇਣਾ ਹੈ। ਫਿਰ ਤੁਹਾਡਾ ਅਕਾਊਂਟ ਸਾਹਮਣੇ ਖੁੱਲ੍ਹ ਜਾਏਗਾ, ਜਿਹਦੇ ਵਿੱਚ ਵੀ ਤੁਹਾਨੂੰ ਫਿਰ ਦਿਖੇਗਾ ਵੀ ਤੁਸੀਂ ਕ੍ਰੀਏਟ ਐਪਲੀਕੇਸ਼ਨ ਉੱਪਰੇ। ਜਦੋਂ ਆਪਾਂ ਨਵੀਂ ਐਪਲੀਕੇਸ਼ਨ ਕ੍ਰੀਏਟ ਕਰਨੀ ਹੈ ਫਾਈਲਿੰਗ ਲਈ, ਜਦੋਂ ਤੁਸੀਂ ਉੱਥੇ ਕਲਿੱਕ ਕਰੋਗੇ ਤਾਂ ਅੱਗੇ ਉਹ ਤੁਹਾਨੂੰ ਲੈ ਜਾਏਗਾ ਐਪਲੀਕੇਸ਼ਨ 'ਤੇ। ਹਾਂ, ਜਦੋਂ ਤੁਸੀਂ ਅਕਾਊਂਟ ਕ੍ਰੀਏਟ ਕਰਦੇ ਹਾਂ ਤਾਂ ਉਸ ਟਾਈਮ ਉਹ ਤੁਹਾਨੂੰ ਸਿਕਿਉਰਿਟੀ ਕੁਐਸਚਨ ਵੀ ਦਿੰਦਾ ਤਿੰਨ ਤਰ੍ਹਾਂ ਦੇ, ਜਿਹਦੇ ਵਿੱਚ ਤੁਸੀਂ ਥੋੜ੍ਹਾ ਬਹੁਤਾ ਹਰੇਕ ਕੰਟਰੀ ਦਾ ਹੁੰਦਾ ਇਹ, ਚਾਹੇ ਤੁਸੀਂ ਕੈਨੇਡਾ ਨੂੰ ਲੈ ਲਓ ਲੈ ਕੇ ਜਾਂ ਹੋਰ ਕੰਟਰੀ ਨੂੰ ਜਿਹਨੂੰ ਵੀ ਹੈ। ਦੋ ਤਿੰਨ ਕੁਐਸਚਨ ਹੁੰਦੇ ਆ ਵੀ ਤੁਹਾਡਾ ਚਾਈਲਡਹੁੱਡ ਫਰੈਂਡ ਕੌਣ ਸੀ, ਤੁਹਾਡਾ ਨਿਕਨੇਮ ਕੀ ਸੀ ਪਹਿਲਾਂ, ਉਹ ਦੋ ਤਿੰਨ ਕੁਐਸਚਨ ਹੁੰਦੇ ਆ। ਮੇਨ ਮੈਰੇ 'ਤੇ ਤੁਹਾਨੂੰ ਕਹੂੰਗਾ ਜਦੋਂ ਵੀ ਤੁਸੀਂ ਕਿਸੇ ਵੀ ਕੰਟਰੀ ਦਾ ਵੀਜ਼ਾ
ਲਈ ਐਪਲੀਕੇਸ਼ਨ ਕਰਨੀ ਹੈ, ਤੁਸੀਂ ਉੱਥੇ ਆਪਣਾ ਅਕਾਊਂਟ ਕ੍ਰੀਏਟ ਕਰਨਾ ਹੈ, ਤਾਂ ਤੁਹਾਡਾ ਸਭ ਤੋਂ ਪਹਿਲਾ ਸਟੈਪ ਹੋਣਾ ਚਾਹੀਦਾ ਤੁਸੀਂ ਕਾਪੀ ਪੈੱਨ ਲੈ ਕੇ ਬੈਠੋ। ਜੋ ਤੁਸੀਂ ਉੱਥੇ ਲਿਖਦੇ ਹੋ ਯੂਜ਼ਰ ਨੇਮ ਪਾਸਵਰਡ, ਉਹ ਤੁਸੀਂ ਨਾਲ ਨਾਲ ਲਿਖਦੇ ਜਾਓ ਤਾਂ ਕਿ ਕੱਲ੍ਹ ਨੂੰ ਤੁਸੀਂ ਭੁੱਲ ਨਾ ਜਾਓ, ਫਿਰ ਤੁਹਾਨੂੰ ਫਿਊਚਰ 'ਚ ਕੋਈ ਪ੍ਰੋਬਲਮ ਆਵੇ। ਅਤੇ ਜਿਹੜੇ ਜਿਹੜੇ ਸਿਕਿਉਰਿਟੀ ਕੁਐਸਚਨ ਉਹਨਾਂ ਨੇ ਪੁੱਛੇ ਹੈ, ਉਹਨਾਂ ਦਾ ਤੁਸੀਂ ਜਵਾਬ ਜੋ ਦਿੱਤਾ ਹੈ ਉਹ ਵੀ ਤੁਸੀਂ ਪ੍ਰੋਪਰ ਲਿਖੋ ਤਾਂ ਕਿ ਫਿਊਚਰ 'ਚ ਤੁਹਾਨੂੰ ਕੋਈ ਦਿੱਕਤ ਨਾ ਆਏ। ਹੁਣ ਆ ਜਾਂਦਾ ਹੈ ਕਿ ਤੁਸੀਂ ਜਿਹੜੀ ਫਾਈਲ ਹੈ ਉਹ ਆਪਣੀ ਇਕੱਲੇ ਲਾ ਰਹੇ ਹੋ, ਜਾਂ ਤੁਸੀਂ ਫੈਮਿਲੀ ਨਾਲ ਹੋ, ਜਾਂ ਤੁਸੀਂ ਆਪਣੇ ਯਾਰਾਂ ਦੋਸਤਾਂ ਨਾਲ ਹੋ, ਇਹ ਤੁਹਾਨੂੰ ਇੱਥੋਂ ਹੀ ਸੋਚ ਕੇ ਅੱਗੇ ਚੱਲਣਾ ਪੈਣਾ, ਕਿਉਂਕਿ ਇੱਥੋਂ ਹੀ ਫਸਟ ਸਟੈਪ ਸ਼ੁਰੂ ਹੁੰਦਾ ਹੈ ਵੀ ਤੁਸੀਂ ਐਪਲੀਕੇਸ਼ਨ ਇਕੱਲੇ ਕਰਨੀ ਹੈ ਤਾਂ ਫਿਰ ਉਹਦੇ 'ਚ ਜਾਣਾ ਹੈ। ਜੇ ਤੁਹਾਡੀ ਗਰੁੱਪ ਐਪਲੀਕੇਸ਼ਨ ਹੈ ਤਾਂ ਤੁਸੀਂ ਗਰੁੱਪ ਐਪਲੀਕੇਸ਼ਨ ਜਾਣਾ ਹੈ, ਅਤੇ ਇੱਥੋਂ ਹੀ ਸਟਾਰਟ ਕਰਨਾ ਤੁਸੀਂ, ਇਹ ਫਸਟ ਸਟੈਪ ਹੈ ਤੁਹਾਡਾ। ਅੱਗੇ ਫਿਰ ਆਪਸ਼ਨ ਆ ਜਾਂਦੀ ਹੈ ਵੀ ਤੁਸੀਂ ਸ਼ੋਰਟ ਸਟੇ ਵੀਜ਼ਾ ਜਾਂਦੇ ਹੋ ਜਾਂ ਫਿਰ ਤੁਸੀਂ ਉੱਥੇ ਲੌਂਗ ਸਟੇ ਵੀਜ਼ਾ, ਜਿਹੜਾ ਕਿ ਇੱਕ ਤਾਂ ਸ਼ੋਰਟ ਹੁੰਦਾ ਇੱਕ ਵੀਜ਼ਾ, ਇਹਨਾਂ ਦਾ ਇੱਕ ਲੌਂਗ ਸਟੇ ਵਾਲਾ ਹੁੰਦਾ ਹੈ। ਇੱਥੇ ਤੁਸੀਂ ਸਿਲੈਕਟ ਕਰਕੇ ਫਿਰ ਤੁਹਾਨੂੰ ਇਹਦੇ ਲਈ ਜਿਹੜੇ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਡਾਕੂਮੈਂਟ ਕੀ ਜ਼ਰੂਰੀ ਹੈ। ਸਭ ਤੋਂ ਪਹਿਲਾਂ ਤਾਂ ਤੁਹਾਡਾ ਵੈਲਿਡ ਪਾਸਪੋਰਟ, ਇੱਕ ਤੁਸੀਂ ਫੋਟੋ ਜੇ ਪੀ ਜੀ ਫਾਈਲ ਹੋਣੀ ਚਾਹੀਦੀ ਹੈ ਉਹ ਖਿਚਵਾ ਕੇ ਰੱਖਣੀ ਹੈ, ਇੱਕ ਤੁਹਾਡੇ ਫੰਡਸ ਜਾਂ ਤੁਹਾਡੀ ਜਿਹੜੀਆਂ ਬੈਂਕ ਸਟੇਟਮੈਂਟਸ ਹੈ ਉਹ ਪ੍ਰੋਪਰ 6 ਮਹੀਨੇ ਦੀਆਂ ਕਢਾ ਕੇ ਰੱਖਣੀਆਂ ਹੈ, ਇੱਕ ਤੁਹਾਡੀ ITR 3 ਸਾਲ ਦੀਆਂ ਲੱਗਦੀਆਂ ਹੈ ਜੀ, ਉੱਪਰ ਤੋਂ ਤੁਹਾਡਾ ਜੋਬ ਦੇ ਜਿਹੜੇ ਵੀ ਪਰੂਫ ਹੈ ਜਾਂ ਤੁਸੀਂ ਬਿਜ਼ਨਸ ਕਰਦੇ ਹੋ ਉਹਦੇ ਪਰੂਫ ਉਹ ਲੱਗਦੇ ਹੈ, ਅਤੇ ਜੇ ਤੁਸੀਂ ਜੋਬ ਕਰਦੇ ਹੋ ਤਾਂ NOC ਵੀ ਲੱਗੇਗੀ ਵੀ ਇਹ ਬੰਦਾ ਜਾ ਸਕਦਾ, ਵੀ ਬਾਅਦ 'ਚੋਂ ਆ ਕੇ ਫਿਰ ਤੋਂ ਸਾਡੀ ਜੋਬ ਜੁਆਇਨ ਕਰੇਗਾ। ਅਤੇ ਜੇ ਤੁਸੀਂ ਉੱਥੇ ਇਨਵਾਈਟਿਡ ਹੋ ਕਿਸੇ ਵੱਲ ਤੋਂ, ਕੋਈ ਈਵੈਂਟ 'ਤੇ ਜਾਣਾ ਹੈ ਜਾਂ ਤੁਸੀਂ ਕਿਸੇ ਪਾਰਟੀ 'ਤੇ ਜਾਣਾ ਜਾਂ ਕੋਈ ਵੀ ਉੱਥੇ ਪ੍ਰੋਗਰਾਮ ਹੈ, ਉਹ ਇਨਵੀਟੇਸ਼ਨ ਲੱਗੇਗੀ ਉਹ ਬੰਦੇ ਦਾ। ਈਵਨ ਕਿ ਤੁਸੀਂ ਪੂਰੀ ਡਿਟੇਲ ਮੰਗਾਉਣੀ, ਉਹਨਾਂ ਦਾ ਪਾਸਪੋਰਟ ਮੰਗਾ ਲਓ ਤਾਂ ਕਿ ਫੋਰਮ ਦੇ ਵਿੱਚ ਅੱਗੇ ਭਰਨਾ ਪੈਂਦਾ ਹੈ ਨਾਮ ਸਭ ਕੁਛ, ਡੇਟ ਆਫ ਬਰਥ ਸਮਥਿੰਗ, ਐਡਰੈਸ ਬੰਦੇ ਦਾ, ਹੈ ਨਾ, ਜਿਹੜਾ ਤੁਹਾਨੂੰ ਇਨਵਾਈਟ ਕਰ ਰਿਹਾ ਹੈ। ਅਤੇ ਹੁਣ ਆਪਾਂ ਫਾਰਮ ਜਦੋਂ ਸ਼ੁਰੂ ਕਰਦੇ ਹਾਂ ਤਾਂ ਹਰੇਕ ਕੰਟਰੀ ਦੇ ਵਿੱਚ ਗਿਵਨ ਨੇਮ ਅਤੇ ਸਰਨੇਮ, ਫੈਮਿਲੀ ਨੇਮ ਅਲੱਗ ਅਲੱਗ ਹੁੰਦੇ ਹੈ, ਪਰ ਸਾਡੇ ਮੈਂ ਦੇਖਿਆ ਇੰਡੀਆ ਦੇ ਵਿੱਚ ਕਈ ਪਾਸਪੋਰਟਾਂ 'ਤੇ ਸਿਰਫ ਗਿਵਨ ਨੇਮ ਹੁੰਦਾ ਹੈ, ਇਸ ਕਰਕੇ ਬੰਦੇ ਉੱਥੇ ਵੀ ਗਲਤੀ ਕਰ ਜਾਂਦੇ ਹੈ। ਤੁਸੀਂ ਆਪਣਾ ਅਕੋਰਡਿੰਗ, ਹਰੇਕ ਕੰਟਰੀ ਦਾ ਆਪਣਾ ਆਪਣਾ ਸਿਸਟਮ ਹੈ, ਉਹ ਤੁਸੀਂ ਪਹਿਲਾਂ ਉਹਨਾਂ ਦੀ ਸਾਈਟ 'ਤੇ ਜਾ ਕੇ ਚੈੱਕ ਕਰੋ, ਫਿਰ ਇਹ ਫਾਰਮ 'ਚ ਭਰੋ ਪ੍ਰੋਪਰ, ਗਿਵਨ ਨੇਮ 'ਚ ਗਿਵਨ ਨੇਮ, ਜਿੱਥੇ ਸਰਨੇਮ ਹੈ ਸਰਨੇਮ। ਇਹਦੇ ਬਾਰੇ ਤੁਸੀਂ ਮੈਨੂੰ ਕਿਸੇ ਟਾਈਮ ਵੀ ਪੁੱਛ ਸਕਦੇ ਹੋ, ਕਿਸੇ ਕੰਟਰੀ ਬਾਰੇ ਵੀ ਤੁਸੀਂ ਮੇਰੀ ਸਲਾਹ ਲੈ ਸਕਦੇ ਹੋ, ਮੈਂ ਹਰ ਸਮੇਂ ਤੁਹਾਡੀ ਹੈਲਪ ਕਰਾਂਗਾ। ਤੁਸੀਂ ਮੈਨੂੰ ਫੋਨ 'ਤੇ ਪੁੱਛੋ ਜਾਂ ਕਮੈਂਟ 'ਚ ਪੁੱਛੋ, ਮੈਂ ਹਰੇਕ ਕੁਐਸਚਨ ਦਾ ਤੁਹਾਡਾ ਬਿਲਕੁਲ ਸਹੀ ਆਨਸਰ ਦੇਵਾਂਗਾ। ਇੱਥੇ ਗਲਤੀ ਨਹੀਂ ਕਰਨੀ, ਬੜੇ ਵਧੀਆ ਤਰੀਕੇ ਨਾਲ ਤੁਸੀਂ ਆਪਣਾ ਜੋ ਵੀ ਤੁਹਾਡੇ ਪਾਸਪੋਰਟ 'ਤੇ ਨਾਮ ਤੁਹਾਡਾ ਪ੍ਰੋਪਰ ਦਿੱਤਾ ਵਾ ਹੈ ਉਵੇਂ ਹੀ ਇਸਨੂੰ ਭਰਨਾ ਹੈ। ਬਾਕੀ ਇਹਦੇ ਵਿੱਚ ਜਿਹੜਾ ਆਪਸ਼ਨ ਮੈਂਡੇਟਰੀ ਹੈ ਵੀ ਭਰਨਾ ਹੀ ਭਰਨਾ ਹੈ ਫਾਰਮ ਦੇ ਵਿੱਚ, ਉੱਥੇ ਭਰੋ, ਜਿਹੜਾ ਖਾਲੀ ਛੱਡਣਾ ਉਹਨੂੰ ਖਾਲੀ ਛੱਡ ਦਿਉ, ਉਹਦਾ ਕੋਈ ਇਸ਼ੂ ਨਹੀਂ ਹੈ, ਕੋਈ ਫਰਕ ਨਹੀਂ ਪੈਂਦਾ। ਬਟ ਜਿੱਥੇ ਉਹਨਾਂ ਨੇ ਕਿਹਾ ਹੈ ਵੀ ਭਰਨਾ ਹੀ ਭਰਨਾ, ਉਹ ਭਰਨਾ ਪੈਣਾ ਤੁਹਾਨੂੰ। ਫਿਰ ਆ ਜਾਂਦਾ ਤੁਹਾਡਾ ਪਾਸਪੋਰਟ ਨੰਬਰ, ਉਹ ਵੀ ਬੜੇ ਵਧੀਆ ਤਰੀਕੇ ਨਾਲ ਚੈੱਕ ਕਰਕੇ ਭਰਨਾ ਹੈ। ਨੈਕਸਟ ਆ ਜਾਂਦੀ ਪਾਸਪੋਰਟ ਐਕਸਪਾਇਰੀ ਡੇਟ, ਉਹ ਵੀ, ਅਤੇ ਫਿਰ ਤੁਹਾਡਾ ਐਡਰੈਸ, ਤੁਹਾਡਾ ਮੇਲ ID ਅਤੇ ਤੁਹਾਡਾ ਫੋਨ ਨੰਬਰ, ਇਹ ਸਭ ਚੀਜ਼ਾਂ ਭਰਨੀਆਂ ਬਹੁਤ ਹੀ ਜ਼ਰੂਰੀ ਹੈ, ਭਰਨੀਆਂ ਪੈਂਦੀਆਂ ਹੈ, ਇਸ ਤੋਂ ਬਿਨਾਂ ਫੋਰਮ ਅੱਗੇ ਨਹੀਂ ਵੱਧਦਾ। ਜੇ ਤੁਸੀਂ ਇਹਦੇ ਵਿੱਚ ਕੁਛ ਵੀ ਗਲਤੀ ਕਰਦੇ ਹੋ ਤਾਂ ਬਾਏ ਚਾਂਸ ਤੁਹਾਡਾ ਵੀਜ਼ਾ ਜੇ ਲੱਗ ਕੇ ਵੀ ਆ ਜਾਂਦਾ ਹੈ, ਤੁਹਾਨੂੰ ਬਾਅਦ 'ਚੋਂ ਪ੍ਰੋਬਲਮ ਆਉਂਦੀ ਹੈ, ਕਿਉਂਕਿ ਵੀਜ਼ੇ ਉੱਤੇ ਤੁਹਾਡਾ ਕੁਛ ਹੋਰ ਹੁੰਦਾ ਹੈ, ਪਾਸਪੋਰਟ 'ਤੇ ਕੁਛ ਹੋਰ ਹੁੰਦਾ ਹੈ, ਇਸ ਕਰਕੇ ਇਹ ਚੀਜ਼ਾਂ ਤੋਂ ਬਚਣ ਲਈ ਪਹਿਲਾਂ ਹੀ ਬੜੇ ਠੀਕ ਢੰਗ ਨਾਲ ਉਹਨੂੰ ਪ੍ਰੋਪਰ ਵੇ ਨਾਲ ਭਰੋ। ਦੂਜੀ ਥਿੰਗ ਆ ਜਾਂਦੀ ਹੈ ਜੇ ਤਾਂ ਤੁਸੀਂ ਇਕੱਲੇ ਟਰੈਵਲ ਕਰਦੇ ਹੋ, ਤੁਹਾਡਾ ਪ੍ਰੋਫੈਸ਼ਨ ਬਾਰੇ ਵੀ, ਤੁਹਾਡਾ ਕੰਮ ਕਾਰ ਕੀ ਹੈ, ਤੁਸੀਂ ਜੋਬ ਕਰਦੇ ਹੋ, ਤੁਸੀਂ ਬਿਜ਼ਨਸ ਕਰਦੇ ਹੋ,
ਜੇ ਜੋਬ ਕਰਦੇ ਹੋ ਕਿੱਥੇ ਜੋਬ ਕਰਦੇ ਉਹਦਾ ਪ੍ਰੋਪਰ ਐਡਰੈਸ ਤੁਹਾਡਾ ਉੱਥੇ ਫੋਨ ਨੰਬਰ ਮੇਲ ਆਈ ਡੀ ਸਭ ਕੁਛ ਦੇਣਾ ਪੈਂਦਾ ਹੈ ਫੋਰਮ ਦੇ ਵਿੱਚ ਭਰਨਾ ਬਹੁਤ ਜ਼ਰੂਰੀ ਹੈ ਪਰ ਜੇ ਤੁਹਾਡਾ ਬਿਜ਼ਨਸ ਹੈ ਉਹਦਾ ਵੀ ਬਿਜ਼ਨਸ ਹੈ ਕਿੱਥੇ ਹੈ ਕਿਹੜੀ ਜਗ੍ਹਾ 'ਤੇ ਹੈ ਤੁਹਾਡਾ ਉੱਥੇ ਦਾ ਫੋਨ ਨੰਬਰ ਓਫੀਸ਼ੀਅਲ ਐਂਡ ਤੁਹਾਡਾ ਮੇਲ ਆਈ ਡੀ ਉਹ ਤੁਹਾਨੂੰ ਉੱਥੇ ਜ਼ਰੂਰ ਭਰਨਾ ਪੈਂਦਾ ਹੈ ਜੇ ਤੁਹਾਡੀ ਗਰੁੱਪ ਐਪਲੀਕੇਸ਼ਨ ਹੈ ਤਾਂ ਨੈਕਸਟ ਸਟੈਪ ਫਿਰ ਤੁਹਾਨੂੰ ਜਿਹੜਾ ਆਪਣਾ ਨਾਲ ਤੁਸੀਂ ਜਿਹਨੂੰ ਲੈ ਕੇ ਜਾ ਰਹੇ ਹੋ ਨਾਲ ਤੁਹਾਡੇ ਘੁੰਮਣ ਜਾ ਰਿਹਾ ਉਹਦੀ ਡਿਟੇਲ ਭਰਨੀ ਪੈਂਦੀ ਹੈ ਉਹਦਾ ਵੀ ਪ੍ਰੋਪਰ ਨਾਮ ਜੀਵਨ ਨੇਮ ਸਰਨੇਮ ਜੋ ਵੀ ਹੈ ਪਾਸਪੋਰਟ ਨੰਬਰ ਐਕਸਪਾਇਰੀ ਡੇਟ ਸਾਰਾ ਕੁਛ ਬੜੇ ਢੰਗ ਨਾਲ ਬੜੇ ਸਾਰਾ ਕੁਛ ਮੈਚ ਕਰਕੇ ਫਿਰ ਭਰਨਾ ਪੈਂਦਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਹਾਡੇ ਜਿੰਨੇ ਵੀ ਕੈਂਡੀਡੇਟ ਨਾਲ ਐਪਲੀਕੈਂਟ ਹੈ ਜਿਹੜੇ ਨਾਲ ਜਾਣੇ ਉਹਨਾਂ ਦੀ ਇਕੱਲੇ ਇਕੱਲੇ ਦੀ ਡਿਟੇਲ ਭਰ ਕੇ ਫਿਰ ਪ੍ਰੋਫੈਸ਼ਨ ਬਾਰੇ ਭਰ ਕੇ ਸਾਰਾ ਕੁਛ ਫਿਰ ਹੀ ਅੱਗੇ ਨੈਕਸਟ ਸਟੈਪ ਵੱਧਦਾ ਹੈ ਹਰੇਕ ਸਟੈਪ ਦੇ ਵਿੱਚ ਅਲੱਗ ਅਲੱਗ ਇਹਨਾਂ ਦੇ ਆਪਣੇ ਕੁਐਸਚਨ ਹੁੰਦੇ ਆ ਜਿਹੜੇ ਤੁਹਾਨੂੰ ਉੱਥੇ ਪ੍ਰੋਪਰ ਡਿਟੇਲ ਦੇਣੀ ਪੈਂਦੀ ਹੈ ਫਿਰ ਆ ਜਾਂਦਾ ਜੀ ਨੈਕਸਟ ਜੇ ਤੁਸੀਂ ਉੱਥੋਂ ਕਿਸੇ ਵੱਲੋਂ ਇਨਵਾਈਟ ਹੋ ਮੰਨ ਲਓ ਤੁਸੀਂ ਕਿਸੇ ਈਵੈਂਟ 'ਤੇ ਜਾਣਾ ਕਿਸੇ ਪ੍ਰੋਗਰਾਮ 'ਤੇ ਜਾਣਾ ਫਿਰ ਉਹਦੀ ਡਿਟੇਲ ਉਹ ਵੀ ਭਰਨੀ ਪੈਂਦੀ ਹੈ ਪ੍ਰੋਪਰ ਡਿਟੇਲ ਦੇ ਵਿੱਚ ਉਹਨਾਂ ਦਾ ਸੇਮ ਨਾਮ ਹੋ ਗਿਆ ਉੱਥੇ ਦਾ ਐਡਰੈਸ ਹੋ ਗਿਆ ਉੱਥੇ ਦਾ ਫੋਨ ਨੰਬਰ ਮੇਲ ਆਈ ਡੀ ਸਭ ਕੁਛ ਪ੍ਰੋਪਰ ਡਿਟੇਲ ਦੇਣੀ ਪੈਂਦੀ ਹੈ ਉਹ ਪ੍ਰੋਪਰ ਭਰ ਕੇ ਚੈੱਕ ਕਰਕੇ ਫਿਰ ਇਹ ਤੁਸੀਂ ਨੈਕਸਟ ਸਟੈਪ 'ਤੇ ਜਾਂਦੇ ਹੈ ਨੈਕਸਟ ਸਟੈਪ 'ਤੇ ਜੇ ਤੁਸੀਂ ਇੱਕ ਮਾਈਨਰ ਹੋ ਤਾਂ ਉਹਦੇ ਲਈ ਅਲੱਗ ਤੋਂ ਫੋਰਮ ਹੈ ਫਿਰ ਅਲੱਗ ਤੋਂ ਫੋਰਮ ਮਤਲਬ ਕਿ ਸੇਮ ਹੀ ਹੈ ਪਰ ਉਹਦੇ ਲਈ ਅਲੱਗ ਤੋਂ ਫਿਰ ਜਿਹੜੀ ਸੈਲਫ ਡੈਕਲਰੇਸ਼ਨ ਉਹ ਦੇਣੀ ਪੈਂਦੀ ਹੈ ਵੀ ਮੈਂ ਕਿਸੇ ਦੇ ਬਿਹਾਫ 'ਤੇ ਵੀ ਭਰਿਆ ਸੀ ਇਹ ਈਵਨ ਕਿ ਜੇ ਤੁਸੀਂ ਖੁਦ ਵੀ ਆਪਣਾ ਵੀ ਭਰਦੇ ਹੋ ਤਾਂ ਐਂਡ 'ਤੇ ਜਾ ਕੇ ਕੁਐਸਚਨ ਆਉਂਦਾ ਮੈਂ ਇਹਦੇ ਬਾਰੇ 'ਚ ਵੀ ਤੁਹਾਡੇ ਨਾਲ ਡਿਸਕਸ ਕਰਾਂਗਾ ਪਹਿਲਾਂ ਆਪਾਂ ਇਹ ਵਾਲੇ ਪੁਆਇੰਟ ਕਲੀਅਰ ਕਰ ਲਈਏ ਇੱਕ ਤੁਸੀਂ ਉੱਥੇ ਕਿੰਨੇ ਦਿਨ ਲਈ ਜਾਣਾ ਹੈ ਇਹ ਡੇਟ ਲਿਖਣੀ ਪੈਂਦੀ ਹੈ ਜੇ ਤੁਸੀਂ ਰਿਟਾਇਰ ਹੋ ਤਾਂ ਉਹ ਵੀ ਭਰਨਾ ਪੈਂਦਾ ਹੈ ਵੀ ਤੁਸੀਂ ਤੁਹਾਡੀ ਜੁਆਇਨਿੰਗ ਕਦੋਂ ਸੀ ਅਤੇ ਤੁਹਾਡੀ ਕਿੰਨੀ ਦੇਰ ਤੱਕ ਤੁਸੀਂ ਜੋਬ ਕੀਤੀ ਹੈ ਇਹ ਛੋਟੀ ਛੋਟੀ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਬਾਕੀ ਤੁਹਾਨੂੰ ਆਈਟਨਰੀ ਵੀ ਦੱਸਿਆ ਮੈਂ ਕਿਵੇਂ ਵੀ ਪੁੱਛਦੇ ਹਾਂ ਕਿਹੜੀ ਤਰੀਕ ਨੂੰ ਤੁਸੀਂ ਉੱਥੇ ਜਾਣਾ ਹੈ ਅਤੇ ਕਿਹੜੀ ਤਰੀਕ ਨੂੰ ਤੁਸੀਂ ਉੱਥੋਂ ਵਾਪਸ ਆਓਗੇ ਇਹ ਸਾਰੀ ਡਿਟੇਲ ਬੜੇ ਧਿਆਨ ਨਾਲ ਭਰਨੀ ਪੈਂਦੀ ਹੈ ਨੈਕਸਟ ਸਟੈਪ ਆ ਜਾਂਦਾ ਹੈ ਜੀ ਹੈਲਥ ਨੂੰ ਲੈ ਕੇ ਡਿਟੇਲਸ ਹੈਲਥ ਨੂੰ ਲੈ ਕੇ ਤੁਹਾਡੇ ਤੋਂ ਸਾਰੇ ਕੁਐਸਚਨ ਪੁੱਛਦੇ ਹਾਂ ਵੀ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਈਵਨ ਕਿ ਟੀ ਵੀ ਦਾ ਫਸਟ ਸਟੈਪ ਟੀ ਵੀ ਦਾ ਹੀ ਹੁੰਦਾ ਉਹਨਾਂ ਦਾ ਅਤੇ ਅੱਗੇ ਜਾ ਕੇ ਕਾਫੀ ਕੁਛ ਪੁੱਛਿਆ ਜਾਂਦਾ ਹੈ ਹਰੇਕ ਦਾ ਤੁਸੀਂ ਬੜੇ ਧਿਆਨ ਨਾਲ ਪੜ੍ਹ ਕੇ ਆਨਸਰ ਦੇਣਾ ਹੈ ਉਸ ਤੋਂ ਨੈਕਸਟ ਸਟੈਪ ਕਰੈਕਟਰ ਨੂੰ ਲੈ ਕੇ ਆ ਜਾਂਦਾ ਹੈ ਜੇ ਤੁਸੀਂ ਇਕੱਲੇ ਹੋ ਤਾਂ ਇੱਥੇ ਹੀ ਫਿਨਿਸ਼ ਹੋ ਜਾਂਦਾ ਹੈ ਬਟ ਜੇ ਗਰੁੱਪ ਐਪਲੀਕੇਸ਼ਨ ਹੈ ਤਾਂ ਹਰੇਕ ਬਾਰੇ ਪੁੱਛੇਗਾ ਉਹ ਪਹਿਲਾਂ ਤੁਹਾਡੇ ਬਾਰੇ ਪੁੱਛੇਗਾ ਹੈਲਥ ਅਤੇ ਕਰੈਕਟਰ ਐਂਡ ਟੈਪ ਨੈਕਸਟ ਸਟੈਪ ਆ ਜਾਏਗਾ ਵੀ ਜਿਹੜਾ ਤੁਹਾਡੇ ਨਾਲ ਐਪਲੀਕੈਂਟ ਜਾ ਰਿਹਾ ਉਹਦੇ ਬਾਰੇ ਫਿਰ ਦੂਜਾ ਐਪਲੀਕੈਂਟ ਹਰੇਕ ਦਾ ਤੁਹਾਨੂੰ ਪ੍ਰੋਪਰ ਪੜ੍ਹ ਕੇ ਪ੍ਰੋਪਰ ਤਰੀਕੇ ਨਾਲ ਉੱਥੇ ਆਨਸਰ ਦੇਣੇ ਆ ਯੈਸ ਨੋ ਦੇ ਵਿੱਚ ਆਨਸਰ ਹੁੰਦੇ ਆ ਉਹ ਤੁਸੀਂ ਟਿੱਕ ਕਰਦੇ ਜਾਣਾ ਹੈ ਅਤੇ ਤੁਹਾਡਾ ਸਟੈਪ ਬਾਈ ਸਟੈਪ ਵੱਧਦਾ ਜਾਏਗਾ ਅੱਗੇ ਤੋਂ ਫਿਰ ਆ ਜਾਂਦਾ ਹੈ ਲਾਸਟ ਵਿੱਚ ਜਿਹੜਾ ਕਿ ਮੈਂ ਦੇਖਿਆ ਬੜਾ ਹੀ ਕੰਪਲੀਕੇਟਡ ਜਿਹਾ ਕੁਐਸਚਨ ਹੁੰਦਾ ਹੈ ਵੀ ਇਹਦੇ ਵਿੱਚ ਪੁੱਛਦੇ ਆ ਵੀ ਤੁਸੀਂ ਆਪਣਾ ਫਾਰਮ ਖੁਦ ਭਰ ਰਹੇ ਹੋ ਜਾਂ ਕਿਸੇ ਤੋਂ ਭਰਾ ਰਹੇ ਹੋ ਜੇ ਤੁਸੀਂ ਖੁਦ ਭਰਦੇ ਹੋ ਤਾਂ ਉੱਥੇ ਤੁਸੀਂ ਯੈਸ ਕਰਦੇ ਹੋ ਫਿਰ ਉਹ ਤੋਂ ਬਾਅਦ 'ਚੋਂ ਨੈਕਸਟ ਆਉਂਦਾ ਪੁੱਛਦਾ ਹੈ ਵੀ ਉਹ ਵੀ ਤੁਸੀਂ ਕਿਸੇ ਦੀ ਹੈਲਪ ਲਿੱਤੀ ਹੈ ਕੀ ਲਿੱਤਾ ਹੈ ਫਿਰ ਤੁਸੀਂ ਉਹਨੂੰ ਕਲਿੱਕ ਕਰਦੇ ਹੋ ਤਾਂ ਅੱਗੇ ਤੋਂ ਅੱਗੇ ਕੁਐਸਚਨ ਆਉਂਦੇ ਹੈ ਇਸ ਦਾ ਵੀ ਬੜਾ ਵਧੀਆ ਤਰੀਕੇ ਨਾਲ ਪੜ੍ਹ ਕੇ ਭਰਨਾ ਹੈ ਕਿਤੇ ਕਈ ਵਾਰ ਉੱਥੇ ਹੀ ਬੰਦਾ ਗਲਤੀ ਕਰ ਜਾਂਦਾ ਹੈ ਉੱਥੇ ਡਿਟੇਲ ਕਿਸੇ ਹੋਰ ਦੀ ਦੇ ਦਿੰਦਾ ਹੈ ਜਾਂ ਆਪਣੀ ਦੇ ਦਿੰਦਾ ਹੈ ਬਟ ਉੱਥੇ ਮਿਸਮੈਚ ਹੁੰਦਾ ਕੁਛ ਇਸ ਚੀਜ਼ ਨੂੰ ਬੜੇ ਧਿਆਨ ਨਾਲ ਪੜ੍ਹ ਕੇ ਫਿਰ ਤੁਸੀਂ ਸਬਮਿਟ ਕਰੋਗੇ ਤਾਂ ਤੁਹਾਡੇ ਰਿਫਿਊਜ਼ਲ ਆਉਣ ਦੇ ਮੇਨ ਇਹੀ ਕਾਰਨ ਹੁੰਦੇ ਕਿਉਂਕਿ ਤੁਹਾਡਾ ਫੋਰਮ ਹੈ ਉਹ ਤੁਹਾਡੇ ਡਾਕੂਮੈਂਟ ਨਾਲ ਮੈਚ ਨਹੀਂ ਕਰਦਾ ਹੁੰਦਾ ਕਈ ਵਾਰ ਇਸ ਕਰਕੇ ਸਾਨੂੰ ਲੱਗਦਾ ਹੁੰਦਾ ਵੀ ਨਹੀਂ ਅਸੀਂ ਤਾਂ ਬੜਾ ਵਧੀਆ ਤਰੀਕੇ ਨਾਲ ਫਾਈਲਿੰਗ ਕੀਤੀ ਸੀ ਉਹ ਕੀਤੀ ਸੀ ਬਟ ਉਹ ਬਰੀਕੀ ਕੁਐਸਚਨ ਹੁੰਦੇ ਆ ਜਿਨ੍ਹਾਂ ਨੂੰ ਤੁਸੀਂ ਅੰਡਰਸਟੈਂਡ ਨਹੀਂ ਕਰ ਪਾਉਂਦੇ ਵੀ ਉਹ ਪੁੱਛਣੇ ਕੀ ਚਾਹੁੰਦੇ ਹਾਂ ਅਸੀਂ ਕੀ ਭਰਦੇ ਹਾਂ ਉਹਦੇ ਵਿੱਚ
ਇਸ ਕਰਕੇ ਇਹ ਚੀਜ਼ ਦਾ ਬੜਾ ਧਿਆਨ ਰੱਖਣਾ ਹੈ ਵੀ ਜਦੋਂ ਐਂਡ 'ਚ ਉਹ ਪੁੱਛਦਾ ਹੈ ਵੀ ਤੁਸੀਂ ਫਾਰਮ ਖੁਦ ਭਰ ਰਹੇ ਹੋ ਜਾਂ ਕਿਸੇ ਤੋਂ ਭਰਵਾ ਰਹੇ ਹੋ ਜਾਂ ਉਹ ਤੁਹਾਡਾ ਏਜੰਟ ਹੈ ਜਾਂ ਤੁਹਾਡਾ ਰਿਸ਼ਤੇਦਾਰ ਹੈ, ਇਹਦਾ ਬਿਲਕੁਲ ਸਹੀ ਜਵਾਬ ਦੇਣਾ ਹੈ ਤੁਸੀਂ, ਤਾਂ ਹੀ ਅੱਗੇ ਤੁਹਾਡਾ ਸਟੈਪ 'ਤੇ ਉਹ ਫਾਈਲ ਜਾਏਗੀ। ਫਿਰ ਨੈਕਸਟ ਸਟੈਪ ਆ ਜਾਂਦਾ ਹੈ ਅਪਲੋਡ ਡਾਕੂਮੈਂਟਸ, ਜਿਹਦੇ ਵੀ ਸਭ ਤੋਂ ਪਹਿਲਾਂ ਆਉਂਦੀ ਹੈ ਫੋਟੋ। ਫੋਟੋ ਤੁਸੀਂ ਵਧੀਆ ਸਟੂਡੀਓ ਦੇ ਵਿੱਚ ਜਾਂ ਵਧੀਆ ਕੈਮਰੇ ਨਾਲ ਖਿਚਾ ਕੇ ਪ੍ਰੋਪਰ ਸਾਈਜ਼ ਬਣਾ ਕੇ 80% ਫੇਸ ਵਾਈਟ ਬੈਕਗਰਾਊਂਡ ਦੇ ਨਾਲ JPG ਫਾਈਲ ਅਪਲੋਡ ਹੋਣੀ ਹੈ, ਇਹ ਤੁਸੀਂ ਅਪਲੋਡ ਕਰਤੀ। ਨੈਕਸਟ ਆ ਜਾਂਦਾ ਹੈ ਪਾਸਪੋਰਟ, ਪਾਸਪੋਰਟ ਤੁਹਾਡਾ ਫਰੰਟ ਐਂਡ ਬੈਕ ਪੇਜ ਇੱਕ ਸਿੰਗਲ PDF ਦਾ ਪੇਜ ਬਣਾ ਕੇ ਤੁਸੀਂ ਉਹ ਅਪਲੋਡ ਕਰ ਦੇਣਾ ਹੈ। ਅਤੇ ਉਸ ਤੋਂ ਬਾਅਦ 'ਚੋਂ ਨੈਕਸਟ ਫਿਰ ਆ ਜਾਂਦਾ ਹੈ ਜਿਵੇਂ ਕਿ ਤੁਸੀਂ ਆਪਣੀ ਫੈਮਿਲੀ ਨਾਲ ਜਾਂ ਯਾਰਾਂ ਦੋਸਤਾਂ ਨਾਲ ਜਾ ਰਹੇ ਹੋ, ਹਰੇਕ ਦੇ ID ਕਾਰਡ ਜ਼ਰੂਰ ਲੱਗਦੇ ਹੈ, ID ਪਰੂਫ ਤੁਸੀਂ ਉੱਥੇ ਲਾਓ, ਨਾਲ ਇੱਕ PDF ਬਣਾ ਲਓ ਸਾਰਿਆਂ ਨੂੰ ਬਰਾਬਰ ਇਕੱਠੇ ਕਰਕੇ ਇੱਕੇ ਮੈਚ ਕਰਕੇ। ਉਸ ਤੋਂ ਬਾਅਦ 'ਚੋਂ ਨੈਕਸਟ ਆ ਜਾਂਦਾ ਵੀ ਬੈਂਕ ਡਿਟੇਲਸ, ਤੁਹਾਡੀਆਂ ਬੈਂਕ ਡਿਟੇਲਸ ਅਤੇ ਸਟੇਟਮੈਂਟਾਂ ਜਾਂ ਬੈਲੈਂਸ ਸਰਟੀਫਿਕੇਟ, ਇਹ ਸਟੈਪ ਬਾਈ ਸਟੈਪ ਲਾਉਣੇ ਹੁੰਦੇ ਆ ਜੇ ਤੁਸੀਂ ਚਾਹੁੰਦੇ ਹੋ ਵੀ ਵੀਜ਼ਾ ਆਫਿਸਰ ਨੂੰ ਈਜ਼ੀ ਰਹੇ ਤੁਹਾਡੀ ਫਾਈਲ ਦੇਖਣਾ। ਕਈ ਵਾਰੀ ਆਪਾਂ ਅੱਗੇ ਪਿੱਛੇ ਕਰਕੇ ਡਾਕੂਮੈਂਟ ਲਾਏ ਹੁੰਦੇ ਆ, ਉਹਦੇ ਨਾਲ ਵੀ ਕਨਫਿਊਜ਼ਨ ਪੈਦਾ ਹੁੰਦੀ ਹੈ, ਅਤੇ ਇਹ ਛੋਟੇ ਛੋਟੇ ਕਾਰਨ ਹੁੰਦੇ ਆ ਤਾਂ ਹੀ ਵੀਜ਼ਾ ਰਿਫਿਊਜ਼ ਹੁੰਦਾ ਹੈ। ਜੇ ਤੁਸੀਂ ਇਹਨਾਂ ਨੂੰ ਬੜੇ ਧਿਆਨ ਨਾਲ ਅਪਲੋਡ ਕਰੋਗੇ ਤਾਂ ਮੋਸਟਲੀ ਸੌਖਾ ਰਹਿੰਦਾ ਉਹਨਾਂ ਲਈ ਵੀ ਦੇਖਣਾ, ਅਤੇ ਪਿਕਚਰ ਪੂਰੀ ਕਲੀਅਰ ਹੁੰਦੀ ਹੈ ਵੀ ਹਾਂ ਇੱਕ ਅੱਛੀ ਪ੍ਰੋਫਾਈਲ ਸਾਡੇ ਕੋਲ ਆਈ, ਇੱਕ ਅੱਛਾ ਡਾਕੂਮੈਂਟ ਤਰੀਕੇ ਨਾਲ ਲਗਾਏ ਗਏ ਹੈ। ਇਸ ਕਰਕੇ ਇਹ ਛੋਟੇ ਛੋਟੇ ਪੁਆਇੰਟ ਹੈ, ਜੇ ਤੁਸੀਂ ਇਹਨਾਂ ਨੂੰ ਨੋਟ ਕਰੋਗੇ ਤਾਂ ਡੈਫੀਨੇਟਲੀ ਤੁਹਾਡੇ ਵੀਜ਼ਾ ਆਉਣ ਦੇ ਜਿਹੜੇ ਚਾਂਸ ਹੈ ਉਹ ਬਹੁਤ ਵੱਧ ਜੂਗੇ। ਬੈਂਕ ਡਿਟੇਲ ਤੋਂ ਬਾਅਦ ਆ ਜਾਂਦੀ ਤੁਹਾਡੀ ITR, ITR ਤੁਹਾਡੀ 3 ਸਾਲ ਦੀ ਲੱਗਦੀ ਹੈ। ਨੈਕਸਟ ਤੁਹਾਡਾ ਫਿਰ ਬਿਜ਼ਨਸ ਦੇ ਪਰੂਫ ਜਾਂ ਤੁਸੀਂ ਜਿੱਥੇ ਜੋਬ ਕਰਦੇ ਹੋ ਉਹ ਲੱਗਦਾ ਹੈ, NOC ਵਗੈਰਾ ਲੱਗਦੀ ਹੈ, ਸਾਰੇ ਡਾਕੂਮੈਂਟ ਤੁਹਾਡੇ ਪ੍ਰੋਪਰ ਤਰੀਕੇ ਨਾਲ PDF ਬਣਾ ਕੇ ਤੁਸੀਂ ਅਪਲੋਡ ਕਰਨੇ ਆ ਉੱਥੇ, ਤਾਂ ਕਿ ਉਹਨਾਂ ਨੂੰ ਦੇਖਣ ਨੂੰ ਸੌਖਾ ਰਹੇ। ਨੈਕਸਟ ਜੇ ਤੁਹਾਡੀ ਟਰੈਵਲ ਹਿਸਟਰੀ ਹੈਗੀ, ਤੁਸੀਂ ਪਹਿਲਾਂ ਕਿਤੇ ਵੀ ਟਰੈਵਲ ਹੋ ਤੁਸੀਂ ਉਹ ਜ਼ਰੂਰ ਲਾਉਣੀ ਹੈ ਨਾਲ, ਜਿੰਨੇ ਵੀ ਤੁਹਾਡੇ ਪਾਸਪੋਰਟ 'ਤੇ ਵੀਜ਼ੇ ਹੈ ਜਾਂ ਤੁਹਾਡੀਆਂ ਸਟੈਂਪਾਂ ਹੈ ਉਹਨੂੰ ਸਾਰਿਆਂ ਨੂੰ ਤੁਸੀਂ ਪ੍ਰੋਪਰ ਤਰੀਕੇ ਨਾਲ ਸਕੈਨ ਕਰਕੇ ਇੱਕ ਪ੍ਰੋਪਰ PDF ਫਾਈਲ ਬਣਾ ਕੇ ਉਹ ਅਪਲੋਡ ਕਰੋ। ਜੇ ਤੁਸੀਂ ਉੱਥੇ ਘੁੰਮਣ ਚੱਲੇ ਹੋ, ਕਿਸੇ ਕੋਲ ਨਹੀਂ ਚੱਲੇ, ਤਾਂ ਤੁਸੀਂ ਐਕੋਮੋਡੇਸ਼ਨ ਦੇ ਪਰੂਫ ਲਾ ਸਕਦੇ ਹੋ, ਹੋਟਲ ਬੁਕਿੰਗ ਵਗੈਰਾ, ਉਹ ਵੀ ਬਹੁਤ ਜ਼ਰੂਰੀ ਹੈ। ਉਸ ਤੋਂ ਨੈਕਸਟ ਸਟੈਪ ਆ ਜਾਂਦਾ ਹੈ ਫਿਰ ਇਨਵੀਟੇਸ਼ਨ, ਜੇ ਤੁਸੀਂ ਉੱਥੇ ਕਿਸੇ ਈਵੈਂਟ 'ਤੇ ਚੱਲੇ ਹੋ ਜਾਂ ਤੁਸੀਂ ਕਿਸੇ ਪ੍ਰੋਗਰਾਮ 'ਤੇ ਚੱਲੇ ਹੋ ਤਾਂ ਤੁਸੀਂ ਉੱਥੋਂ ਦਾ ਜਿਹੜਾ ਇਨਵੀਟੇਸ਼ਨ ਕਾਰਡ ਹੈ ਤੁਹਾਡਾ ਉਹ ਪ੍ਰੋਪਰ ਤਰੀਕੇ ਨਾਲ ਅਪਲੋਡ ਹੋ ਕੇ ਉਹ ਵਿੱਚ ਅਟੈਚ ਹੋ ਜਾਏਗਾ। ਉਸ ਤੋਂ ਬਾਅਦ ਆ ਜਾਂਦਾ ਹੈ ਵੀ ਜਿੰਨੇ ਵੀ ਤੁਸੀਂ ਗਰੁੱਪ ਐਪਲੀਕੇਸ਼ਨ ਦੇ ਮੈਂਬਰ ਉਹਨਾਂ ਦਾ ਆਪਸ 'ਚ ਰਿਲੇਸ਼ਨ ਕੀ ਹੈ ਉਹਦੇ ਵੀ ਪਰੂਫ ਜੇ ਹੈਗੇ ਆ ਤਾਂ ਲਗਾ ਸਕਦੇ। ਜਿਸ ਤਰ੍ਹਾਂ ਮੰਨ ਲਓ ਆਪਾਂ ਇੱਕੇ ਫੈਮਿਲੀ 'ਚੋਂ ਮਦਰ ਫਾਦਰ ਹੈਗੇ ਆ, ਚਾਚੇ ਤਾਏ ਆ, ਤਾਂ ਤੁਸੀਂ ਉਹਨਾਂ ਨੂੰ ਆਧਾਰ ਕਾਰਡ ਵਗੈਰਾ ਜਾਂ ਆਪਣਾ ਪਾਸਪੋਰਟ ਦੇ ਆਪਾਂ ਪੂਰੀ PDF ਬਣਾ ਕੇ ਅਟੈਚ ਕਰਕੇ ਉਹ ਅਪਲੋਡ ਕਰ ਦਿਉ। ਇੱਕ ਤੋਂ ਨੈਕਸਟ ਫਿਰ ਤੁਸੀਂ ਜਦੋਂ ਉੱਥੇ ਉਹਨੂੰ ਕੰਟੀਨਿਊ ਕਰੋਗੇ ਤਾਂ ਤੁਹਾਡੀ ਪ੍ਰੋਪਰ ਉੱਥੇ ਪੂਰਾ ਫਾਰਮ ਤੁਹਾਡੇ ਸਾਹਮਣੇ ਆ ਜਾਏਗਾ, ਬਟ ਤੁਹਾਡਾ ਹਲੇ ਅਪਲੋਡ ਨਹੀਂ ਹੋਏਗਾ, ਫੀਸ ਨਹੀਂ ਭਰਨੀ, ਕਿਉਂਕਿ ਗਰੁੱਪ ਐਪਲੀਕੇਸ਼ਨ ਦੇ ਵਿੱਚ ਕੀ ਹੁੰਦਾ ਹੈ ਫਿਰ ਅਲੱਗ ਤੋਂ ਜਦੋਂ ਤੁਸੀਂ ਬੈਕ ਜਾਣ ਲਈ ਕਹਿੰਦਾ ਵੀ ਕੰਟੀਨਿਊ ਐਪਲੀਕੇਸ਼ਨ ਕਰੋ, ਫਿਰ ਜਦੋਂ ਤੁਸੀਂ ਉਹਨੂੰ ਪਿੱਛੇ ਜਾਂਦੇ ਹੋ ਤਾਂ ਅਲੱਗ ਤੋਂ ਤੁਹਾਡੀ ਇੱਕ ਐਪਲੀਕੇਸ਼ਨ ਬਣ ਜਾਂਦੀ ਹੈ, ਅਲੱਗ ਤੋਂ ਨਾ ਐਪਲੀਕੇਸ਼ਨ ਨੰਬਰ ਅਲੱਗ ਤੋਂ ਮਿਲਦਾ ਹੈ, ਗਰੁੱਪ ਐਪਲੀਕੇਸ਼ਨ ਨੰਬਰ ਹੁੰਦਾ ਉਹਦੇ ਵਿੱਚ ਤੁਸੀਂ ਜਾ ਕੇ ਫਿਰ ਤੋਂ ਨਵੇਂ ਸਿਰੇ ਤੋਂ ਤੁਹਾਡਾ ਉਹ ਗਰੁੱਪ ਜਿਹੜਾ ਤੁਸੀਂ ਬਣਾਇਆ ਹੁੰਦਾ ਹੈ ਉਹਦਾ ਨਾਮ ਲਿਖਿਆ ਹੋਇਆ ਹੁੰਦਾ ਹੈ, ਮੇਨ ਜਿਹੜਾ ਐਪਲੀਕੈਂਟ ਹੁੰਦਾ ਹੈ, ਉਸ ਤੋਂ ਦੁਬਾਰੇ ਫਿਰ 2-4 ਛੋਟੇ ਛੋਟੇ ਕੁਐਸਚਨ ਹੁੰਦੇ ਆ ਉਹ ਪੁੱਛ ਕੇ ਨੈਕਸਟ ਸਟੈਪ 'ਤੇ ਜਾਣਾ ਪੈਂਦਾ ਹੈ। ਫਿਰ ਤੁਹਾਡੀ ਦੁਬਾਰ ਤੋਂ ਅਗੇਨ ਤੋਂ ਜਿਹੜੇ ਤੁਹਾਡੇ ਨਾਲ ਐਪਲੀਕੈਂਟ ਹੈ ਉਹਨਾਂ ਦੀ ਡਿਟੇਲ ਦੁਬਾਰ ਤੋਂ ਭਰਨੀ ਪੈਂਦੀ ਹੈ, ਵਿੱਚ ਉਹਨਾਂ ਦਾ ਨਾਮ ਸਮਥਿੰਗ ਭਰ ਕੇ 2-4 ਸਟੈਪ ਹੁੰਦੇ, ਕੋਈ ਜ਼ਿਆਦਾ ਲੰਬਾ ਫਾਰਮ ਨਹੀਂ ਹੁੰਦਾ, ਫਿਰ ਉਹ ਛੋਟਾ ਹੋ ਜਾਂਦਾ ਹੈ, ਉਹਨੂੰ ਤੁਸੀਂ
ਵਧੀਆ ਤਰੀਕੇ ਨਾਲ ਭਰ ਕੇ ਫਿਰ ਜਦੋਂ ਤੁਸੀਂ ਨੈਕਸਟ ਕਰਦੇ ਹਾਂ, ਈਵਨ ਕਿ ਉੱਥੇ ਵੀ 2-4 ਡਾਕੂਮੈਂਟ ਅਪਲੋਡ ਕਰਨੇ ਪੈਂਦੇ ਆ ਆਪਾਂ ਨੂੰ, ਇਹ ਜਦੋਂ ਤੁਸੀਂ ਫਾਈਲਿੰਗ ਕਰਦੇ ਹਾਂ ਉਸ ਟਾਈਮ ਤੁਹਾਨੂੰ ਪਤਾ ਲੱਗਦਾ ਵੀ ਵਾਕਈ ਇੱਕ ਸਟਰੋਂਗ ਕੰਟਰੀ ਦੀ ਤੁਸੀਂ ਫਾਈਲਿੰਗ ਕਰ ਰਹੇ ਹਾਂ, ਕਿਉਂਕਿ ਕਾਫੀ ਕੁਐਸਚਨ ਅਨਸਰ ਅੱਗੇ ਤੋਂ ਅੱਗੇ ਵੱਧਦੇ ਜਾਂਦੇ ਆ, ਫਾਰਮ ਨੈਕਸਟ ਤੋਂ ਨੈਕਸਟ ਨਿਕਲਦਾ ਜਾਂਦਾ ਹੈ। ਅਤੇ ਆਪਾਂ ਫਿਰ ਉੱਥੇ ਆਈਏ ਜਦੋਂ ਫਿਰ ਤੋਂ 2-4 ਡਾਕੂਮੈਂਟ ਅਪਲੋਡ ਕਰਕੇ ਇਨਵੀਟੇਸ਼ਨ ਕਾਰਡ ਵੀ ਉੱਥੇ ਫਿਰ ਲੱਗਦਾ ਹੈ, ਤੁਸੀਂ ਲਾ ਸਕਦੇ ਹੋ ਕਵਰ ਲੈਟਰ। ਸੱਚ ਆਪਾਂ ਪਹਿਲਾਂ ਮੈਂ ਭੁੱਲ ਗਿਆ ਤੁਹਾਨੂੰ ਦੱਸਦਾ ਹਾਂ ਵਿੱਚ ਆਪਣੀ ਗੱਲਾਂ 'ਚ ਰਹਿ ਗਿਆ, ਕਵਰ ਲੈਟਰ ਬਹੁਤ ਹੀ ਜ਼ਰੂਰੀ ਹੈ ਜਿਹੜਾ ਕਿ ਪ੍ਰੋਪਰ ਤਰੀਕੇ ਦਾ ਬਣਾਉਣਾ ਪੈਂਦਾ ਹੈ। ਤੁਸੀਂ ਉਹਦੇ ਵਿੱਚ ਪੂਰੀ ਜਾਣ ਪਾਣੀ ਹੁੰਦੀ ਹੈ ਵੀ ਤੁਹਾਡਾ A-Z ਡਿਟੇਲ ਕੀ ਹੈ, ਉੱਪਰ ਤੋਂ ਥੱਲੇ ਤੱਕ ਪੂਰੀ ਪ੍ਰੋਫਾਈਲ ਦੱਸਣੀ ਪੈਂਦੀ ਹੈ ਵੀ ਅਸੀਂ ਐਵੇਂ ਜਾਣਾ ਹੈ, ਇਹ ਸਾਡੀ ਹਿਸਟਰੀ ਹੈ, ਅਸੀਂ ਇੱਥੇ ਜੋਬ ਕਰਦੇ ਹਾਂ। ਜਿਹੜਾ ਡਾਕੂਮੈਂਟ ਵੀਜ਼ਾ ਆਫਿਸਰ ਨੂੰ ਕੋਈ ਡਾਊਟ ਹੁੰਦਾ ਉਹ ਤੁਹਾਡੇ ਕਵਰ ਲੈਟਰ 'ਚ ਪਹਿਲਾਂ ਪੜ੍ਹਦਾ ਹੈ, ਜੇ ਉਹਨੂੰ ਲੱਗਦਾ ਵੀ ਇਹਦੇ ਬਾਰੇ 'ਚ ਮੈਂ ਚੈੱਕ ਕਰਾਂ, ਤਾਂ ਹੀ ਉਹ ਤੁਹਾਡੇ ਡਾਕੂਮੈਂਟ ਨੂੰ ਜਾ ਕੇ ਅੱਗੇ ਤੋਂ ਖੋਲ੍ਹ ਕੇ ਚੈੱਕ ਕਰਦਾ ਵੀ ਜੋ ਬੰਦੇ ਨੇ ਕਵਰ ਲੈਟਰ 'ਚ ਕਿਹਾ ਹੈ ਕਿ ਉਹੀ ਬਿਲਕੁਲ ਸਹੀ ਹੈ, ਉਹ ਡਾਕੂਮੈਂਟ ਬੋਲਦਾ ਹੈ। ਜੇ ਤੁਹਾਡੀ ਇਹ ਚੀਜ਼ਾਂ ਮੈਚ ਕਰਦੀਆਂ ਹੈ ਫਿਰ ਤੁਹਾਡਾ ਵੀਜ਼ਾ 100% ਹੀ ਲੱਗ ਕੇ ਆ ਜਾਂਦਾ ਹੈ। ਬਟ ਜਿੱਥੇ ਉੱਤੇ ਕੋਈ ਉੱਪਰ ਥੱਲੇ ਡਾਕੂਮੈਂਟ ਦੇ ਨਾਲ ਫੋਰਮ ਦੇ ਨਾਲ ਨਾ ਮੈਚ ਕਰੇ ਤਾਂ ਫਿਰ ਰਿਫਿਊਜ਼ਲ ਦੇ ਚਾਂਸ ਹੁੰਦੇ ਹੈ। ਇਸ ਕਰਕੇ ਇਹ ਚੀਜ਼ ਦਾ ਬੜਾ ਧਿਆਨ ਰੱਖਣਾ ਹੈ, ਤੁਸੀਂ ਕਵਰ ਲੈਟਰ ਉਸ ਤਰੀਕੇ ਨਾਲ ਹੀ ਲਿਖਣਾ, ਈਵਨ ਕਿ ਕਈ ਪੁਆਇੰਟਾਂ ਨੂੰ ਤੁਸੀਂ ਹਾਈਲਾਈਟ ਵੀ ਕਰ ਸਕਦੇ ਹੋ, ਅਤੇ ਤੁਸੀਂ ਆਪਣੇ ਬੈਂਕ ਡਿਟੇਲਸ ਵੀ ਕਵਰ ਲੈਟਰ 'ਚ ਮੈਨਸ਼ਨ ਕਰ ਸਕਦੇ ਹੋ, ਤੁਸੀਂ ਆਪਣੀ ਆਈਟਨਰੀ ਵੀ ਉਹਦੇ ਵਿੱਚ ਮੈਨਸ਼ਨ ਕਰ ਸਕਦੇ ਹੋ। ਉਹ ਇੱਕ ਪੂਰਾ ਤੁਹਾਡੀ ਫਾਈਲ ਨੂੰ ਸਟਰੋਂਗ ਕਰਨ ਲਈ ਮੇਨ ਪੁਆਇੰਟ ਹੁੰਦਾ ਕਵਰ ਲੈਟਰ, ਜਿਹਦੇ ਵਿੱਚ ਸਭ ਕੁਝ ਤੁਸੀਂ ਆਪਣਾ ਦੱਸਿਆ ਵਾ ਹੁੰਦਾ ਹੈ ਇਹ ਕਵਰ ਲੈਟਰ। ਹੁਣ ਆਪਾਂ ਫਿਰ ਉੱਥੇ ਆਉਂਦੇ ਗਰੁੱਪ ਐਪਲੀਕੇਸ਼ਨ ਦੇ ਵਿੱਚ, ਦੁਬਾਰਾ ਤੋਂ ਫਿਰ ਤੁਸੀਂ ਉੱਥੇ ਐਡ ਕਰ ਸਕਦੇ ਹੋ ਇਹਨੂੰ, ਫਿਰ ਨੈਕਸਟ ਸਟੈਪ 'ਤੇ ਤੁਸੀਂ ਜਾਂਦੇ ਹੋ। ਉੱਥੇ ਫਿਰ ਆ ਜਾਂਦਾ ਤੁਹਾਡੀ ਫੀਸ ਦਾ, ਫੀਸ ਹੁੰਦੀ ਹੈ ਡਿਪੈਂਡ ਕਰਦਾ ਤੁਸੀਂ ਕਿੰਨੇ ਬੰਦੇ ਦੀ ਫਾਈਲ ਕਰ ਰਹੇ ਹੋ, ਉਹਦੇ ਅਕੋਰਡਿੰਗ ਹੀ ਤੁਹਾਡੇ ਸਾਹਮਣੇ ਆ ਜਾਏਗਾ ਵੀ ਇੰਨੇ ਨਿਊਜ਼ੀਲੈਂਡ ਡਾਲਰ ਤੁਹਾਡੀ ਫੀਸ ਹੈ। ਉਹ ਤੁਸੀਂ ਪੇ ਕਰੋ ਅਤੇ ਫਿਰ ਤੁਹਾਡੀ ਫਾਈਲ ਸਬਮਿਟ ਹੋ ਜਾਂਦੀ ਹੈ, ਸਾਰਾ ਤੁਹਾਡਾ ਟੈਕਸ ਇਨਵਾਇਸ ਤੁਹਾਡੀ ਅਕਾਊਂਟ ਦੇ ਵਿੱਚ ਆ ਜਾਂਦਾ। ਜਦੋਂ ਤੁਸੀਂ ਬੈਕ ਆਉਂਦੇ ਹੋ ਅਕਾਊਂਟ 'ਚ, ਸਾਰੀ ਤੁਹਾਡੀ ਰਸੀਦ ਹੁੰਦੀ ਹੈ ਵੀ ਤੁਹਾਡੀ ਫੀਸ ਦਾ ਇਹ ਹੈ, ਤੁਹਾਡੀ ਫਾਈਲ ਪ੍ਰੋਪਰ ਸਾਰੀ ਨਿਕਲ ਕੇ ਆ ਜਾਂਦੀ, ਤੁਸੀਂ ਇਹ ਡਾਕੂਮੈਂਟ ਅਪਲੋਡ ਕੀਤੇ ਹੈ, ਸਭ ਕੁਝ ਤੁਹਾਨੂੰ ਸਾਹਮਣੇ ਦਿਖਦਾ ਹੈ। ਜਦੋਂ ਰਿਜ਼ਲਟ ਆਏਗਾ ਜਾਂ ਆਉਂਦਾ ਹੈ ਉਹ ਵੀ ਤੁਹਾਡੇ ਅਕਾਊਂਟ ਦੇ ਵਿੱਚ ਹੀ ਤੁਹਾਨੂੰ ਪਤਾ ਲੱਗਦਾ ਵੀ ਵੀਜ਼ਾ ਆ ਗਿਆ ਨਹੀਂ ਆਇਆ। ਵਿਦਇਨ ਵਰਕਿੰਗ 10-15 ਦਿਨ ਦੇ ਅੰਦਰ ਨਿਊਜ਼ੀਲੈਂਡ ਰਿਜ਼ਲਟ ਦੇ ਦਿੰਦਾ ਹੈ। ਅਤੇ ਅੱਗੇ ਨੂੰ ਵੀ ਤੁਸੀਂ ਹੋਰ ਵੀਡੀਓ ਦੇਖਣ ਲਈ ਮੇਰਾ ਚੈਨਲ ਸਬਸਕ੍ਰਾਈਬ ਕਰੋ। ਬਾਕੀ ਅਸੀਂ ਟੂਰ ਪੈਕੇਜ ਜਿਵੇਂ ਦੁਬਈ, ਸਿੰਗਾਪੁਰ, ਮਲੇਸ਼ੀਆ, ਯੂਰੋਪ ਦੇ ਤੁਹਾਡੇ ਅਕੋਰਡਿੰਗ ਤੁਹਾਡੇ ਹਿਸਾਬ ਨਾਲ ਬਣਾਉਂਦੇ ਹਾਂ। ਤੁਸੀਂ ਇਸ ਬਾਰੇ 'ਚ ਵੀ ਸਾਨੂੰ ਕਦੇ ਵੀ ਕੰਟੈਕਟ ਕਰ ਸਕਦੇ ਹੋ, ਈਵਨ ਕਿ ਮੇਰਾ ਫੇਸਬੁੱਕ ਅਤੇ ਇੰਸਟਾਗ੍ਰਾਮ ਪੇਜ ਫਿਊਜ਼ਨ ਵਰਲਡ ਟੂਰ ਐਂਡ ਟਰੈਵਲ ਕਰਕੇ ਚੈੱਕ ਕਰ ਸਕਦੇ ਹੋ। ਉੱਥੇ ਸਾਡੇ ਵੱਖਰੇ ਵੱਖਰੇ ਦੇਸ਼ਾਂ ਦੇ ਵੱਖਰੇ ਵੱਖਰੇ ਟੂਰ ਪੈਕੇਜ ਵੱਖਰੇ ਵੱਖਰੇ ਰੇਟ ਦੇ ਹਰ ਟਾਈਮ ਅਵੇਲੇਬਲ ਰਹਿੰਦੇ ਹੈ। ਇਹਦੇ ਲਈ ਤੁਸੀਂ ਮੈਨੂੰ ਪਰਸਨਲ ਕਾਲ ਵੀ ਕਰ ਸਕਦੇ ਹੋ। ਯੂਰੋਪ ਦਾ ਜੇ ਤੁਸੀਂ ਆਪਣਾ ਚਾਹੁੰਦੇ ਹੋ ਤਾਂ ਵੀ ਉਹਦੇ ਲਈ ਵੀ ਮੈਂ ਤੁਹਾਡਾ ਬੜੇ ਘੱਟ ਬਜਟ ਦੇ ਵਿੱਚ ਬਣਾ ਕੇ ਦਿੰਦਾ ਹਾਂ ਜੀ, ਤੁਹਾਡਾ ਉੱਥੇ ਘੁੰਮਣਾ ਫਿਰਨਾ ਸਾਰਾ ਕੁਝ। ਕਿਸੇ ਹੋਰ ਕੰਟਰੀ ਦਾ ਵੀ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਦੀ ਆਪਾਂ ਗੱਲ ਕਰ ਹੀ ਚੁੱਕੇ ਹਾਂ, USA ਜਾਂ ਸ਼ੈਂਗਨ ਏਰੀਏ 'ਚ, USA ਦੀ ਜੇ ਤੁਹਾਨੂੰ ਅਪੋਇੰਟਮੈਂਟ ਦੀ ਕੋਈ ਪ੍ਰੋਬਲਮ ਆਉਂਦੀ ਹੈ ਉਹ ਵੀ ਰੀਸ਼ਡਿਊਲ ਹੋ ਜਾਂਦੀ ਹੈ, ਉਹਦੇ ਬਾਰੇ 'ਚ ਵੀ ਤੁਸੀਂ ਮੈਨੂੰ ਕਿਸੇ ਟਾਈਮ ਵੀ ਪੁੱਛ ਸਕਦੇ ਹੋ ਨਿਸ਼ਚਿੰਤ ਹੋ ਕੇ। ਬਾਕੀ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਇੱਕ ਵਾਰ ਫਿਰ ਤੋਂ, ਥੈਂਕ ਯੂ ਸੋ ਮੱਚ।